ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਣੂ ਜੀ ਬਿਜਲੀ ਵਿਭਾਗ ਫਿਰ ਬਣਿਆ ਹਥਿਆਰ ਆ ਵਾਪਰਿਆ ਕਹਿਰ ਹੋਈ ਇਸ ਗਲਤੀ ਕਰਕੇ ਮੌਤ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਅੱਜ ਤੋਂ ਬਾਅਦ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਫਰੀਦাবাদ ਤੋਂ ਸਾਹਮਣੇ ਜਿੱਥੇ ਬਿਜਲੀ ਵਿਭਾਗ ਦੀ ਅਣਗਿਲੀ ਦੇ ਚੱਲਦਿਆਂ ਹੋਇਆ ਇੱਕ ਹੋਰ ਦੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਇਸ ਕਰਨੇ ਜਾਣਕਾਰੀ ਦਿੰਦੇ ਹੋ ਮ੍ਰਿਤਿਕਾ ਦੇ ਪਤੀ ਵੇਦਪrakash ਨੇ ਦੱਸਿਆ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਪਰ ਪਿਛਲੇ 30 ਸਾਲ ਤੋਂ ਫਰੀਦাবাদ ਵਿੱਚ ਗਾਂਧੀ ਕਲੋਨੀ ਵਿੱਚ ਰਹਿ ਰਹੇ ਹਨ ਜਿੱਥੇ ਬੋਧਵਾਰ ਦੀ ਸਵੇਰ ਨੂੰ ਉਹਨਾਂ ਦੀ ਪਤਨੀ ਸੁਸ਼ੀਲਾ 6 ਵਜੇ ਦੀ ਕ੍ਰੀਵ ਆਪਣੇ ਕੰਮ ਤੇ ਕਾਰਜਾਲੀ ਘਰੋਂ ਨਿਕਲੀ ਜਦੋਂ ਬਰਸਾਤ ਹੋਣ ਕਾਰਨ ਪਾਣੀ ਖੜੇ ਹੋਣ ਕਾਰਨ ਜਿੱਥੇ ਉਸ ਦਾ ਪੈਰ ਫਿਸਲ ਗਿਆ ਅਤੇ ਉੱਥੇ ਬਿਜਲੀ ਵਿਭਾਗ ਵੱਲ ਜ਼ਮੀਨ ਤੇ ਬਿਜਲੀ ਦੇ 1 ਕਿ ਮੀਟਰ ਬਾਕਸ ਨੂੰ ਹੱਥ ਲੱਗਿਆ ਜਿਸ ਕਾਰਨ ਉਸ ਦੀ ਘਟਨਾ ਸਥਾਨ ਦੀ ਮੌਤ ਹੋ ਗਈ ਜਿੱਥੇ ਬਿਜਲੀ ਵਿਭਾਗ ਲੋਕਾਂ ਦੇ ਬਾਰ ਬਾਰ ਸ਼ਿਕਾਇਤ ਕਰਨ ਦੀ ਮਿੱਟੀ ਨੂੰ ਜ਼ਮੀਨ ਤੋਂ ਨਹੀਂ ਹਟਾਇਆ ਗਿਆ ਜਿੱਥੇ ਬਿਜਲੀ ਵਿਭਾਗ ਦੀ ਅਣਕੇਲੀ ਦੇ ਕਾਰਨ ਇਸ ਔਰ ਦੀ ਮੌਤ ਹੋ ਗਈ ਉੱਥੇ ਹੀ ਇਲਾਕੇ ਦੇ ਨਿਵਾਸੀ ਹਮਲੇ ਬਿਜਲੀ ਵਿਭਾਗ ਦੇ ਖਿਲਾਫ ਲੰਮਾ ਸਮਾਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਦੇ ਮਸਲਜੋਨ ਤੇ ਲੋਕਾਂ ਵੱਲੋਂ ਇਸ ਪ੍ਰਦਰਸ਼ਨ ਨੂੰ ਖਤਮ ਕੀਤਾ ਗਿਆ ਤੇ ਮਹਿਲਾ ਦੀ ਲਾਸ਼ ਨੂੰ ਉੱਥੋਂ ਚੱਕਿਆ ਗਿਆ ਖਬਰਾਂ ਨਾਲ ਦੇਖਣ